देश दे वक वक कोनिया तो आए हुए हर वर्ग दे मेरे वीर बुजुर्ग मतावा भैणा आओ सचे पातशाह कलगियां वाले दी फतेह प्रवान करो। वाहेगुरु जी का खालसा वाहेगुरु जी की फतेह। पहला तो असी बाबा जी नू शरदा दे फुल भेंट करते हैं जेड़े ये संघर्ष दे विच कल शहीदी पा गए ते जेड़े मेरे वीर बुजुर्ग होर भी इस संघर्ष दे विच शहीदी पा के गए आ उन्हां नू भी शरदा दे फुल भेंट करते हैं। पर यह जड़ी शहीदी आ ये साड़ी ओदा नहीं जानी। मोदी ने सोचा पे पंजाब दे विच प्रोटेस्ट कर रहे आ माड़ा मोटा बैठे आ किते कदी बह जांदे आ रोड ते जाम ला के कदी डीसी दफ्तर बह जांदे आ पर उन्हूं ये नहीं सी पता पंजाबियां दा उन्हूं अंदाजा ही नहीं सीगा कि पंजाबी एडी तदाद दे विच उहदी हिक दे उत्ते बैठणगे आ के। जदों 26 नूं मोर्चा चलिया ते मैं नाल चली उत्थों रास्ते दे विच हरियाणा सरकार खट्टर साहब ने पूरियां कोशिशां कीतियां दिल्ली रोकण दिल्ली नूं आउण नूं रोकण लई पूरियां कोशिशां कीतियां खड्डे पट दित्ते इन्ने इन्ने वड्डे इन्ने बैरीकेड ला दित्ते पर उन्हूं ये नहीं पता पंजाबियां दा कि तोड़ के बैरीकेड पहुंच गए इत्थे दरियावां नूं कदे नक्के नहीं लगदे। ਉਹਨੂੰ ਇਹ ਨਹੀਂ ਪਤਾ ਕਿ ਪੰਜਾਬੀਆਂ ਦੇ ਵਿੱਚ ਸ਼ਹੀਦਾਂ ਦਾ ਖੂਨ ਦੌੜਦਾ। ਅਸੀਂ ਉਸ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਜਿਨ੍ਹਾਂ ਨੇ ਪਰਿਵਾਰ ਬਾਰ ਦਿੱਤਾ ਆਪਣਾ। ਆ ਰਿਹਾ ਦਿਹਾੜਾ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਸਮਾਗਮ ਸਰਹੰਦ ਦਾ ਜਿਹੜੇ ਛੋਟੇ ਛੋਟੇ ਬੱਚੇ ਸ਼ਹੀਦ ਕਰ ਦਿੱਤੇ ਤੇ ਇਹ ਸਾਨੂੰ ਡਰਾਉਂਦਾ। ਜਦੋਂ ਮੋਰਚਾ ਲਾਇਆ ਇੱਥੇ ਆ ਕੇ ਹਜੇ ਸਾਨੂੰ 10 ਮਿੰਟ ਹੋਏ ਸੀ ਆਇਆਂ ਨੂੰ ਤੇ ਮੋਦੀ ਸਾਹਿਬ ਨੇ ਦੇਤਾ ਹੁਕਮ ਹਿਟਲਰ ਨੇ ਆਪਣਾ ਹੁਕਮ ਦੇਤਾ ਕਿ ਇੱਥੇ ਇਹਨਾਂ ਨੂੰ ਭਜਾਓ। ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਤੇ ਸਾਰੇ ਮੇਰੇ ਵੀਰ ਮੇਰੀਆਂ ਮਤਾਵਾਂ ਭੈਣਾਂ ਇੱਥੇ ਡਟ ਕੇ ਖੜੇ ਰਹੇ ਕੋਈ ਹਿੱਲਿਆ ਨਹੀਂ ਇੱਥੋਂ। ਇਹ ਸਾਨੂੰ ਝੁਕਾਉਣਾ ਚਾਹੁੰਦਾ ਇਹਨੂੰ ਪਤਾ ਹੀ ਨਹੀਂ ਸਾਡੇ ਇਹਨੂੰ ਪਤਾ ਨਹੀਂ ਪੰਜਾਬ ਦਾ ਇਤਿਹਾਸ ਕੀ ਆ ਇਹ ਸਾਨੂੰ ਝੁਕਾਉਣਾ ਚਾਹੁੰਦਾ। ਉਹ ਸਾਡੇ ਤਾਂ ਉਹ ਬੱਚੇ ਜਿਹੜੀ ਇੱਕ ਉਮਰ 7 ਸਾਲ ਤੇ ਇੱਕ 9 ਸਾਲ ਉਹ ਨਹੀਂ ਸੀ ਝੁਕੇ ਜਦੋਂ ਸੂਬਾ ਸਰਹੰਦ ਦੇ ਕੋਲ ਗੰਗੂ ਪਾਪੀ ਇਦਾਂ ਦਾ ਪਾਪੀ ਗੰਗੂ ਜਿਹਨੇ ਫੜਾ ਦਿੱਤੇ ਇੱਕ ਮੋਹਰਾਂ ਦੇ ਖਾਤਰ ਸਾਡੇ ਛੋਟੇ ਸਾਹਿਬਜ਼ਾਦੇ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਸੀ ਜਾ ਕੇ ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਸੀ ਹਿੱਕ ਤਾਣ ਕੇ ਖੜਦੇ ਸੀ ਸੂਬੇ ਨੂੰ ਬੜਾ ਗੁੱਸਾ ਆਇਆ। ਸੂਬਾ ਕਹਿੰਦਾ ਕਿ ਇਹ ਝੁਕਣੇ ਚਾਹੀਦੇ ਮੇਰੇ ਅੱਗੇ। ਬੜੀਆਂ ਕੋਸ਼ਿਸ਼ਾਂ ਕੀਤੀਆਂ ਝੁਕਾਉਣ ਦੀਆਂ ਬਹੁਤ ਲਾਲਚ ਦਿੱਤੇ ਤੇ ਪਰ ਉਹ ਕਹਿੰਦੇ ਸੀ ਅਸੀਂ ਉਸ ਗੁਰੂ ਦੇ ਅਸੀਂ ਉਸ ਗੁਰੂ ਦੇ ਪੋਤੇ ਹਾਂ ਅਸੀਂ ਉਸ ਦਾਦੇ ਦੇ ਪੋਤੇ ਹਾਂ ਜਿਹਨੇ ਦਿੱਲੀ ਦੇ ਵਿੱਚ ਸੀਸ ਕਟਾਤਾ। ਜਦੋਂ ਨਹੀਂ ਮੰਨੇ ਉਹ ਜਦੋਂ ਸੂਬੇ ਨੂੰ ਲੱਗਾ ਕਿ ਇਹ ਤਾਂ ਝੁਕਦਾ ਹੀ ਨਹੀਂ ਬਹੁਤ ਗੁੱਸੇ ਵਿੱਚ ਲਾਲ ਪੀੜਾ ਹੋਇਆ ਕਹਿੰਦਾ ਇੱਕ ਤਾਕੀ ਬਣਾ ਦਿਓ ਛੋਟੀ ਜਿਹੀ ਤਾਕੀ ਬਣਾ ਦਿਓ ਜਦੋਂ ਅੰਦਰ ਆਉਣਗੇ ਜਦੋਂ ਹੁਣ ਕਚਹਿਰੀ ਚ ਆਉਣਗੇ ਝੁਕ ਕੇ ਲੰਘਣਗੇ ਤਾਕੀ ਵਿੱਚ ਦੀ ਤੇ ਫਿਰ ਇਹ ਝੁਕੂਗੇ ਮੇਰੇ ਅੱਗੇ। ਪਰ ਜਦੋਂ ਤਾਕੀ ਦੇ ਵਿੱਚ ਦੀ ਲੰਘਣ ਲੱਗੇ ਬਾਬਾ ਜ਼ੋਰਾਵਰ ਸਿੰਘ ਨੇ ਪਹਿਲਾਂ ਪੈਰ ਰੱਖਿਆ ਸੀ ਉੱਥੇ ਤੇ ਇਹ ਸਾਨੂੰ ਝੁਕਾਉਣਾ ਚਾਹੁੰਦਾ। ਅਸੀਂ ਕੋਈ ਇੱਥੋਂ ਭੀਖ ਮੰਗਣ ਨਹੀਂ ਆਏ ਆਪਣੇ ਹੱਕ ਲੈਣ ਆਏ ਆ ਤੇ ਹੱਕ ਲੈ ਕੇ ਜਾਵਾਂਗੇ ਚਾਹੇ 5 ਸਾਲ ਬਿਠਾਈ ਰੱਖੇ ਇੱਥੇ ਬੈਠੇ ਰਵਾਂਗੇ। ਬਸ ਥੋੜਾ ਜਿਹਾ ਅਸੀਂ ਉਸ ਮਾਈ ਭਾਗੋ ਦੀਆਂ ਵਾਰਸਾਂ ਆ ਅਸੀਂ ਉਹਨਾਂ ਦੇ ਵਾਰਸ ਆ ਜਿਹਨਾਂ ਨੇ ਛੋਟੇ ਛੋਟੇ ਟੁਕੜੇ ਕਰਕੇ ਬੱਚਿਆਂ ਦੇ ਗਲਾਂ ਵਿੱਚ ਹਾਰ ਪਵਾਏ ਤੇ ਸਿੱਖੀ ਸਿਦਕ ਨਹੀਂ ਹਾਰਿਆ ਸੀ ਤੇ ਅਸੀਂ ਵੀ ਉਸੇ ਹੀ ਸਿਦਕ ਦੇ ਨਾਲ ਇੱਥੇ ਬੈਠ ਕੇ
ये तो हक लेके जावांगे। ये लानतिया प्रधानमंत्री जिन्निया लानता इस प्रधानमंत्री नूं पईआं, मैनूं लगदा नहीं किसे नूं भी कदे पईआं होणगीआं। इहदीआं लानता कित्थों शुरू हुंदीआं, इत्थे शुरू हुंदीआं, सवेर तों शाम तक इहनूं लानता पैंदीआं। असीं सौं जांदे आ बाहरलीआं कंट्रीआं दे विच, उत्थे सवेरा चढ़ जांदा, उह शुरू हो जांदे आ। ये लानतिया प्रधानमंत्री आ। बस मैं अपने वीरां नूं इह संदेश देण आई आ कि जोश नाल ना होश नाल काम लेना, अपने बजुर्गों के मगर लगना। इस मोर्चे नूं असीं इत्थों फतेह करके जाणा। यह पूरियां कोशिशां करूगा खराब करन दीआं, असीं खराब नहीं होण देना, अपने हक लैके जाणे आ। किसान मजदूर एकता जिंदाबाद, किसान मजदूर एकता जिंदाबाद। वाहेगुरु जी का खालसा, वाहेगुरु जी की फतेह। भले सोनिहाल, बहुत बहुत धन्यवाद जी।